ਬੱਕਰੀ ਦਾ ਦੁੱਧ ਵੀ ਲੋਕ ਬਾਈ ਜੀ ਬੱਕਰੀ ਦੇ ਦੁੱਧ ਨਾਲ ਵੀ ਸੈਨਿਕ ਲੋਕਾਂ ਦੇ ਪੂਰੇ ਹੁੰਦੇ ਸੀਗੇ ਪਰ ਲੋਕਾਂ ਨੂੰ
ਅਸਲ ਦੇ ਵਿੱਚ ਜਿਹੜੀਆਂ ਭੈਣਾਂ ਮੋਸਟਲੀ ਸਾਡੇ ਕੋਲ ਲੇਡੀਜ਼ ਆਉਂਦੀਆਂ ਕੁਛ ਸਾਡੀਆਂ ਭੈਣਾਂ ਐਂਡ ਸਾਡੇ ਮਦਰਸ ਆਉਂਦੇ ਨੇ ਐਂਡ ਉਹ ਸਾਨੂੰ ਕਹਿੰਦੇ ਕਿ ਸਾਡੀ ਪਹਿਲੀ ਭੈਣ ਦੀ ਨੀਵ ਸਰ ਕਲੋਜ਼ ਹੁੰਦੀ ਬਾਕੀ ਬੋਡੀ ਘੱਟ ਗਈ ਅੱਛਾ ਮੂੰਹ ਹੋਰ ਤਾਂ ਨਹੀਂ ਘਟੂਗਾ ਅੱਛਾ ਬੋਡੀ ਹੋਰ ਤਾਂ ਨਹੀਂ ਘਟੂਗੀ ਬਟ ਆਹ ਪਹਿਲੀ ਭੈਣ ਦੀ ਕਰਦੇ ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦਾ ਸੈਕਿੰਡ ਕਲਾਸ ਟਾਈਮ ਨਾਲ ਲਓ ਤੁਹਾਡੀ ਪਹਿਲੀ ਭੈਣ ਦਾ ਵੀ ਕਾਲ ਕਰਦਾ ਕਰਦੀ ਆ ਉਸ ਤੋਂ ਬਾਅਦ ਇੱਕ ਵਾਰ ਦੋਸਤ ਸਾਡੀ ਬੋਡੀ ਦੀ ਬਾਹਰੋਂ ਅਸੀਂ ਸਫਾਈ ਕਰਦੇ ਹਾਂ ਅੰਦਰੋਂ ਹੋਣੀ ਵੀ ਜ਼ਰੂਰੀ ਹੈ ਸਾਡੀ ਬੋਡੀ ਨੂੰ ਅੰਦਰੋਂ ਸਾਫ਼ ਕੌਣ ਕਰ ਸਕਦਾ ਰੱਬ ਨੇ ਸਾਡੇ ਸੰਗਰਾਲੇ ਕੋਈ ਇਹ ਜਿਹਾ ਬ੍ਰਸ਼ ਨਹੀਂ ਬਣਿਆ ਮੂੰਹ ਤੋਂ ਪਾਓ ਅੰਦਰ ਬ੍ਰਸ਼ਾਂ ਸਾਫ਼ ਕਰਕੇ ਆ ਜਾਓ ਖੰਨੇ ਬਣੇ ਆ ਪਿਛਲਾਣੇ ਹੈਗਾ ਸਰ ਕੋਈ ਐਕਸਰੇ ਕਰਾਇਆ ਕਰਦੇ
ਇਹ ਤੁਹਾਡੇ ਅੰਦਰ ਦਾ ਐਕਸਰੇ ਸਟੈਂਡ ਹੈ, ਔਰ ਜਿਹੜੇ ਇਸ ਕਮਰੇ ਤੋਂ ਬਾਹਰ ਦੇ ਨੇ ਲੋਕ ਨੇ ਉਹਨਾਂ ਦਾ ਸਾਰਿਆਂ ਦਾ ਇਹ ਐਕਸਰੇ ਹੈ। ਔਰ ਤਾਹੀ ਦਾ ਕੀ ਹੈ, ਤੁਹਾਨੂੰ ਥੋੜਾ ਖਾਣਾ ਪੀਣਾ ਨਹੀਂ ਪੁੱਛਦਾ ਇੰਨੀਆਂ ਬਲੋਕੇਜ ਨੂੰ। ਜਦੋਂ ਸਾਡੇ ਬਾਡੀ ਚ ਬਲੋਕ ਜਾਣ ਲੱਗ ਜਾਂਦੇ ਆ, ਕਿਤੇ ਸਾਡੇ ਭਾਈ ਵੀਰ ਦੇ ਬਲੋਕ ਜਾਣ ਲੱਗ ਪਏ, ਬਾਈ ਜੀ ਹਰਨੀਆਂ ਦਾ ਗੁੱਛਾ ਬਣ ਜੂਗਾ। ਔਰ ਸਾਡੇ ਕਿਤੇ ਭੈਣ ਦੇ ਲੱਗ ਪਏ, ਗੌਰਮੈਂਟ ਵਿੱਚ ਪੱਥਰੀ, ਬੱਚੇਦਾਨੀ ਚ ਪੱਥਰੀ, ਉਹ ਡਾਕਟਰ ਨੇ ਕਹਿਣਾ ਬੱਚੇਦਾਨੀ ਵਰਤੋ। ਸਿਰਫ ਔਰ ਸਿਰਫ ਇਹ ਹੋ ਚੁੱਕੇ ਆ, ਸਿਰਫ ਰਿਐਲਿਟੀ ਕੀ ਹੈ, ਸਾਡੇ ਨਸਾਂ ਦੇ ਵਿੱਚ ਆਹ ਬਲੋਕੇਜ ਸਟੈਂਡ ਪੈ ਕੇ ਸੁਣਿਆ। ਕਿੰਨੇ ਲੱਖ ਰੁਪਏ ਦਾ ਖਰਚਾ, ਢਾਈ ਤਿੰਨ ਲੱਖ ਰੁਪਏ ਦਾ ਐਵਰੇਜ। ਔਰ ਡਾਕਟਰ ਜਦੋਂ ਸਟੰਟ ਮਾਰਨ ਲੱਗਦੇ ਨੇ, ਕਹਿੰਦੇ ਬਾਈ ਜੀ ਇੱਕ ਨਸ ਦੇ ਵਿੱਚ ਪ੍ਰੋਬਲਮ ਹੈ, ਸਟੰਟ ਮਾਰਨਾ ਪਊਗਾ। ਐਂਡ ਜਦੋਂ ਸਟੰਟ ਮਾਰਨ ਲੱਗਦੇ ਨੇ, ਨਾਲੇ ਉਸ ਟਾਈਮ ਵੀ ਕਹਿ ਦਿੰਦੇ ਨੇ ਕਿ ਦੂਜੇ ਵੀਕ ਦੇ ਵਿੱਚ ਵੀ ਬਲੋਕੇਜ ਹੈ, ਬਾਈਪਾਸ ਸਰਜਰੀ ਕਰਨੀ ਪਊਗੀ। ਅੱਠ ਦਸ ਲੱਖ ਰੁਪਏ ਦਾ ਖਰਚਾ, ਸਾਰੀ ਜ਼ਿੰਦਗੀ ਦੀਆਂ ਖਿਚੜੀਆਂ ਔਰ ਸਾਰੀ ਜ਼ਿੰਦਗੀ ਦੀਆਂ ਦਵਾਈਆਂ। ਔਰ ਅਗਰ ਇਹ ਬਲੋਕੇਜ ਖਤਮ ਕਰ ਦੋ, ਕਦੇ ਸਟੰਟ ਮਾਰਨਾ ਪਊਗਾ? ਵੈਲਕਮ ਟੂ ਹਰਬਲ ਲਾਈਫ। ਹਰਬਲ ਲਾਈਫ ਦੇ ਤੁਸੀਂ ਕਿਸੇ ਨੂੰ ਵੀ ਦੇਖ ਸਕਦੇ ਹੋ, ਬਾਈ ਜੀ ਮੇਰੇ ਕੋਲ ਆ ਕੇ ਦੇਖੋ, ਮੇਰੀ ਬਿਲ ਬੁੱਕ ਚੈੱਕ ਕਰ ਲਿਓ। ਇੱਕ ਸਿੰਗਲ ਬੰਦਾ ਵੀ ਹਰਬਲ ਲਾਈਫ ਲੈਣ ਤੋਂ ਬਿਨਾਂ ਨਹੀਂ ਜਾ ਸਕਦਾ, ਇਹ ਮੇਰਾ ਰਿਕਾਰਡ ਹੈ, ਠੀਕ ਹੈ ਨਾ। ਮੇਰੀ ਡਾਇਟ ਪਲਾਨ ਕਰਨੀ ਹੈ, ਮੈਂ ਕਹਿੰਦਾ ਬਾਕੀ ਸਭ ਕੁਝ ਦੇਵਾਂਗੇ ਬਾਅਦ ਚ, ਪਹਿਲਾਂ ਹਰਬਲ ਲਾਈਫ ਨੇ ਲੱਗਣੀ ਆ, ਕਿਉਂਕਿ ਤੇਰੀ ਜ਼ਿੰਦਗੀ ਮੇਰੇ ਵਾਸਤੇ ਬਹੁਤ ਅਨਮੋਲ ਹੈ। ਦਸ ਲੋਕਾਂ ਤੋਂ ਤੂੰ ਫਿੱਟ ਹੋ ਕੇ ਜਾਏਗਾ, ਬਿਜ਼ਨਸ ਵੀ ਤਾਂ ਵਧੂਗਾ। ਤੁਹਾਨੂੰ ਮੈਂ ਸੋਹਣੇ ਕਰਦਾ ਸਾਰਿਆਂ ਨੂੰ, ਤੁਸੀਂ ਅੱਗੇ ਆ ਕੇ ਆਪਣੇ ਆਪਣੇ ਘਰਾਂ 'ਚ ਜਾਓ, ਸਾਰਿਆਂ ਦਾ ਬਿਜ਼ਨਸ ਵਧੂਗਾ ਤਾਂ ਫਾਇਦਾ ਕਿਹਨੂੰ ਹੋਊਗਾ? ਮੈਂ ਤੈਨੂੰ ਸੋਹਣਾ ਨਹੀਂ ਕਰਨਾ ਚਾਹੁੰਦਾ, ਮੈਂ ਤੁਹਾਡੇ ਅੰਦਰੋਂ ਨਸਾਂ ਨੂੰ ਸਾਫ਼ ਨਹੀਂ ਕਰਨਾ ਚਾਹੁੰਦਾ, ਕਰਨਾ ਚਾਹੁੰਦਾ ਨਾ, ਚਲੋ ਫਿਰ ਆਪਣੇ ਵਾਸਤੇ ਅਗਲਾ ਦੇਖ ਲੈ, ਤੁਸੀਂ ਵੀ ਸੋਹਣੇ ਬਣ ਕੇ ਦੇਖੋ। ਵਧੀਆ ਵਜਨ ਘਟਦਾ,
ਵਧੀਆ ਸਿਹਤ ਮਿਲਦੀ ਆ, ਵਧੀਆ ਸਿਹਤ ਮਿਲਦੀ ਆ। ਅੱਛਾ ਤੁਹਾਡੇ ਕਿੰਨੇ ਕੁ ਲੋਕਾਂ ਨੇ ਜਿਹਨਾਂ ਨੂੰ ਵਧੀਆ ਸਿਹਤ ਦੇ ਸਕਦੇ ਹੋ? ਵੈਲਕਮ ਟੂ ਕਰਦਾ ਇੱਧਰ ਨਾ ਕਰਦਾ ਨਹੀਂ ਕਰਦਾ